ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ ਹੈ ਜੀ ਸਾਰਿਆਂ ਦਾ। ਹੋਪ ਕਰਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ। ਸੋ ਜੀ, ਸਵਾਗਤ ਹੈ ਅੱਜ ਦੇ ਨਵੀਂ ਵੀਡੀਓ 'ਚ ਤੁਹਾਡਾ। ਆਪਾਂ ਚੱਲੇ ਹੈ ਜਿਵੇਂ ਕਿ ਅੱਜ ਦੀ ਜਿਹੜੀ ਵੀਡੀਓ ਹੈ ਇਹ ਵਲੌਗ ਦੇ ਨਾਲ ਨਾਲ ਨਾ ਇਨਫੋਰਮੇਸ਼ਨ ਵਾਲੀ ਫੇਰ ਦੁਬਾਰਾ ਰਹੂਗੀ, ਠੀਕ ਹੈ। ਹੁਣ ਜਿਵੇਂ ਮੈਂ ਕੱਲ੍ਹ ਵੀਡੀਓ ਪਾਈ ਸੀ ਨਾ ਜਿਸ ਸਬਵੂਫਰ ਦੀ, ਕੱਲ੍ਹ ਜਾਂ ਪਰਸੋਂ ਜਿਸ ਦਿਨ ਵੀ ਇਹ ਵਲੌਗ ਆਏਗਾ, ਐਕਚੁਅਲ 'ਚ ਆਈਡੀਆ ਨਹੀਂ ਰਹੇਗਾ ਵੀ ਤੁਸੀਂ ਕਦੋਂ ਦੇਖੋਗੇ ਇਸ ਵਲੌਗ ਨੂੰ ਜਾਂ ਮੈਂ ਕਦੋਂ ਪਾਊਂਗਾ। ਸੋ ਜੀ, ਜਿਹੜੀ ਸਬਵੂਫਰ ਦੀ ਆਪਣੀ ਲਾਸਟ ਵੀਡੀਓ ਸੀ ਨਾ, ਉਹ ਸਬਵੂਫਰ ਅੱਜ ਅਸੈਂਬਲ ਕਰਾਂਗੇ ਆਪਾਂ। ਪੇਟੀ ਲੈਣ ਚੱਲੇ ਹਾਂ, ਪੇਟੀ ਬਣਵਾਈ ਸੀ ਉਹ ਇੱਕ ਵੀਰ ਨੇ ਆਰਡਰ ਕੀਤਾ ਸੀ ਜੀ ਆਪਣੇ ਕੋਲੋਂ, ਠੀਕ ਹੈ ਜੀ। ਸਬਵੂਫਰ ਜਿਹੜਾ ਮਿਊਜ਼ਿਕ ਸਿਸਟਮ ਆ, ਸਿੰਗਲ ਬੇਸ ਵਾਲਾ ਆਰਡਰ ਕੀਤਾ ਸੀ ਵੀਰ ਪਾਣੀਪਤ ਤੋਂ ਆ, ਅਤੇ ਉਹ ਕਹਿੰਦਾ ਸੀ ਵੀਰ ਕਿ ਮੈਨੂੰ ਸਿੰਗਲ ਸਬਵੂਫਰ ਚਾਹੀਦਾ ਆ। ਸੋ ਜੀ, ਉਹੀ ਲੈਣ ਚੱਲਿਆ ਪੇਟੀ ਮੈਂ। ਮੀਂਹ ਬਹੁਤ ਜ਼ਿਆਦਾ ਆ ਅਤੇ ਕੁਛ ਯਾਰ ਮੀਂਹ ਦੇ ਕਰਕੇ ਨਾ ਬਾਈ ਸਨਮਾਇਕਾ ਨਹੀਂ ਸੁੱਕਦਾ, ਬੜਾ ਪ੍ਰੋਬਲਮ ਹੈ ਇਸ ਚੀਜ਼ ਦੀ ਨਾ। ਸੋ ਜੀ, ਹੁਣ ਇੱਦਾਂ ਕਰਦੇ ਹਾਂ, ਮੈਂ ਇੱਕ ਤਾਂ ਗੱਡੀ ਚਲਾ ਰਿਹਾ ਹਾਂ, ਮੇਰੇ ਲਈ ਟਫ ਆ ਥੋੜ੍ਹਾ ਜਿਹਾ ਗੱਡੀ ਚਲਾਉਂਦੇ ਜਾਂਦੇ ਵਲੋਗਿੰਗ ਕਰਨੀ। ਸੋ ਮੈਂ ਤੁਹਾਨੂੰ ਸਿੱਧਾ ਮਿਸਤਰੀ ਕੋਲ ਜਾ ਕੇ ਮਿਲਦਾ ਜਿੱਥੋਂ ਮੈਂ ਪੇਟੀਆਂ ਬਣਵਾਉਂਦਾ ਹੁੰਦਾ। ਹਾਂਜੀ ਬਾਬੇ, ਉਹ ਪੇਟੀ ਆਪਾਂ ਚੱਕ ਲਏ ਆਹ ਪਈ ਪਿੱਛੇ, ਠੀਕ ਹੈ। ਇਹਦੇ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਆ, ਲਾਈਵ 'ਚ ਵੀ ਆਪਣੀ ਗੱਲ ਚੱਲ ਰਹੀ ਸੀਗੀ ਕਿ ਉਹਦੇ ਧੁੱਪ ਨਾ ਨਿਕਲਣ ਕਰਕੇ ਨਾ ਸਨਮਾਇਕਾ ਸੁੱਕ ਨਹੀਂ ਰਿਹਾ ਯਾਰ, ਕਿਉਂਕਿ ਠੰਡ ਦਾ ਮੌਸਮ ਹੋਇਆ ਪਿਆ, ਇਸ ਕਰਕੇ ਟੇਪਾਂ ਆਪਾਂ ਲਾਈਆਂ ਨਹੀਂ। ਟੇਪਾਂ ਜਿਸ ਟਾਈਮ ਬਾਈ ਨੂੰ ਡਿਲੀਵਰੀ ਦੇਵਾਂਗੇ ਨਾ ਉਸੇ ਟਾਈਮ ਲਾ ਦਾਂਗੇ। ਅਤੇ ਬਾਕੀ ਇਹ ਗੱਡੀ ਥੋੜ੍ਹੀ ਜਿਹੀ ਮਹਿੰਗੀ ਹੈ, ਇਹ 'ਚ ਨਾ ਡਗ ਡਗ ਦੀ ਆਵਾਜ਼ ਜ਼ਿਆਦਾ ਹੁੰਦੀ ਹੈ, ਥੋੜ੍ਹਾ ਜਿਹਾ ਐਡਜਸਟ ਕਰ ਲਿਓ, ਠੀਕ ਹੈ ਬਾਈ, ਕਿਉਂਕਿ ਆਪਾਂ ਨੇ ਕੰਮਾਂ ਕੁੰਮਾਂ ਨੂੰ ਰੱਖੀ ਹੋਈ ਆ ਇਹ। ਫਿਰ ਤੁਹਾਨੂੰ ਪਤਾ ਆ ਕਿ ਇਹਦੇ 'ਚ ਫਿਰ ਜਿਹੜੇ ਵੀ ਹਾਈ ਐਂਡ ਸਿਸਟਮ ਲੱਗੇ ਹੋਏ ਆ ਲਗਜ਼ਰੀ ਕਾਰ ਵਾਂਗੂ, ਤਾਂ ਇਹ 'ਚ ਆਵਾਜ਼ ਬਥੇਰੀ ਆਊਗੀ ਪਿੱਛੋਂ ਡਿਸਟਰਬੈਂਸ। ਹਾਂਜੀ ਬਾਬੇ, ਮੈਂ ਪਹੁੰਚ ਗਿਆ ਸੀ ਘਰ, ਪੇਟੀ ਮੈਂ ਲਾਇਆ ਵਾਂ ਅਤੇ ਸਬਵੂਫਰ ਰੱਖਤਾ ਸੀ, ਸਪੀਕਰ ਦੀਆਂ ਤਾਰਾਂ ਜੁਆਇੰਟ ਕਰ ਲਈਆਂ ਵਾਂ, ਅਤੇ ਬਸ ਇਹ 'ਚ ਲੱਗੇ ਹਾਂ ਜੀ ਆਪਾਂ ਪੇਂਚ ਪੂੰਚ ਮਾਰ ਕੇ ਇਹਨੂੰ ਫਿਟਿੰਗ ਕਰਨ ਲੱਗੇ ਹਾਂ, ਅਤੇ ਫਿਟਿੰਗ ਫੁਟਿੰਗ ਕਰ ਲਈਏ, ਉਸ ਤੋਂ ਬਾਅਦ ਮਿਲਦਾ ਜੀ ਤੁਹਾਨੂੰ ਇੱਕ ਵਾਰੀ ਫਿਟਿੰਗ ਕਰ ਲਈਏ, ਫਿਰ ਤੁਹਾਨੂੰ ਸਮਝਾਊਂਗਾ ਕਿਵੇਂ ਕਿਵੇਂ ਕਨੈਕਸ਼ਨ ਕਰਨੇ ਹੁੰਦੇ ਆ, ਅਤੇ ਤੁਸੀਂ ਮਤਲਬ ਜੇ ਕਿਸੇ ਦਾ ਆਪਣਾ ਥੋੜ੍ਹਾ ਬਹੁਤਾ ਕੰਮ ਕਰਨ ਦਾ ਮੂਡ ਹੋਵੇ ਤਾਂ ਉਹ ਦੇਖ ਕੇ ਕਰ ਸਕਦੇ ਹੋ। ਸੋ ਇੱਕ ਵਾਰੀ ਫਿਟਿੰਗ ਕਰ ਲਈਏ, ਫਿਟਿੰਗ ਕਰਨ ਤੋਂ ਬਾਅਦ ਮਿਲਦਾ ਜੀ ਤੁਹਾਨੂੰ। ਹਾਂਜੀ ਬਾਬਿਓ, ਦੇਖੋ ਜੀ ਸਪੀਕਰ ਫਿੱਟ ਕਰਤੇ ਆ, ਨਾਲ ਸਬਵੂਫਰ ਫਿੱਟ ਕਰਤਾ ਜੀ, ਇਹ ਹਲੇ ਟੈਂਪਰੇਲੀ ਫਿੱਟ ਕੀਤੇ ਆਪਾਂ, ਹਲੇ ਟੇਪ ਟੂਪ ਭਰਨੀ ਹੈ ਇਹਨਾਂ 'ਚ, ਅਤੇ ਉਹ ਬਾਅਦ ਦਾ ਕੰਮ ਹੋਏਗਾ, ਪਹਿਲਾਂ ਆਪਾਂ ਕਨੈਕਸ਼ਨ ਕਰਨ ਲੱਗੇ ਹਾਂ। ਇਹ ਆ ਜਿਹੜਾ ਆ ਇਹਨੂੰ ਆਪਾਂ ਬ੍ਰਿਜ ਕਨੈਕਸ਼ਨ ਕਰਾਂਗੇ, ਦੇਖੋ ਜੀ ਸਬਵੂਫਰ ਨੂੰ ਅਗਰ 4 ਚੈਨਲ 'ਤੇ ਚਲਾਉਣਾ ਹੋਵੇ ਨਾ, ਅਤੇ ਹਾਂਜੀ ਇਹ ਮਾਈਨਸ ਹੈ, ਇਹ ਮਾਈਨਸ ਕੀਤਾ, ਇੱਕ ਇੱਥੇ ਵਾਇਰ ਲੱਗਦੀ ਹੈ ਜੀ, ਠੀਕ ਹੈ, ਅਤੇ ਬਾਬਾ ਬਸ, ਅਤੇ ਇੱਕ ਇੱਥੇ, ਇਹ ਹੋ ਗਿਆ ਆਪਣਾ ਬ੍ਰਿਜ ਕਨੈਕਸ਼ਨ। ਹੁਣ ਜਿਹੜਾ ਇਹ ਸਬਵੂਫਰ ਹੈ ਆਪਣਾ, ਇਹ 4 ਚੈਨਲ ਐਂਪ ਦੇ ਤੀਸਰੇ ਔਰ 4th ਚੈਨਲ 'ਤੇ ਚੱਲੇਗਾ, ਠੀਕ ਹੈ ਜੀ। ਬਾਕੀ ਆਹ 2 ਸਪੀਕਰਾਂ ਦੀ ਵਾਇਰਾਂ ਪਾਈਆਂ ਆਪਾਂ, ਇਹ ਸਪੀਕਰ ਹੈ ਜੀ, ਇਹਦਾ ਨੋਰਮਲ ਆਪਾਂ ਰੈੱਡ ਪਲੱਸ ਕੀਤਾ, ਬਾਕੀ ਦੂਸਰਾ ਮਾਈਨਸ ਜਿੱਦਾਂ ਨੋਰਮਲ ਕਰਦੇ ਆਪਾਂ, ਇਹ ਥੱਲੇ ਵਾਲੇ ਚੈਨਲ 'ਚ ਲਾ ਦੇਣਾ ਜੀ, ਠੀਕ ਹੈ। ਪਹਿਲੇ ਔਰ ਦੂਸਰੇ ਚੈਨਲ 'ਚ ਸਪੀਕਰ ਚੱਲਣਗੇ, ਤੀਸਰੇ ਔਰ 4th 'ਚ ਆਪਣੀ ਬੇਸ ਚੱਲੇਗੀ। ਲਓ ਜੀ ਆਪਾਂ ਇੱਕ ਵਾਰੀ ਇਹਦੇ ਕਨੈਕਸ਼ਨ ਕਰ ਲਈਏ, ਫਿਰ ਤੁਹਾਨੂੰ ਸਮਝਾਉਂਦਾ ਹਾਂ, ਅਤੇ ਲਾਸਟ ਕਨੈਕਸ਼ਨ ਰਹਿ ਗਿਆ, ਫਿਰ ਸਟੀਰੀਓ ਵਗੈਰਾ ਲਾ ਕੇ ਚੈੱਕ ਕਰਦੇ ਹਾਂ ਆਊਟਪੁੱਟ ਕਿਹੋ ਜਿਹੀ ਆ ਰਹੀ ਹੈ। ਹਾਂਜੀ ਬਾਬਿਓ, ਦੇਖੋ ਜੀ ਆਪਾਂ ਕਨੈਕਸ਼ਨ ਕਰਤੇ ਆ, ਇਹ ਟੈਂਪਰੇਲੀ ਹੈ ਜੀ ਆਹ ਵਾਲਾ ਜਿਹੜਾ ਸਿਸਟਮ ਆ ਨਾ, ਇਹ ਟੈਂਪਰੇਲੀ, ਇਹਨੂੰ ਫਿਕਸ ਕਰਾਂਗੇ ਬਾਅਦ 'ਚ। ਹੁਣ ਆਪਾਂ ਆਊਟਪੁੱਟ ਕਰਨ ਵਾਸਤੇ ਕਨੈਕਸ਼ਨ ਕੀਤੇ ਸੀਗੇ, ਆਹ ਦੇਖ ਲਓ ਜੀ, ਇਹ ਜਿਵੇਂ ਤੁਹਾਨੂੰ ਲਾਸਟ ਦੱਸਿਆ ਮੈਂ ਸਬਵੂਫਰ ਦੇ, ਆਹ 2 ਤਾਰਾਂ ਸਬਵੂਫਰ ਦੀਆਂ, ਆਹ ਸਪੀਕਰਾਂ ਦੀਆਂ, ਠੀਕ ਹੈ ਜੀ। ਸੋ ਹੁਣ ਆਪਣਾ ਸਾਰਾ ਕੁਝ ਡਨ ਹੋ ਗਿਆ, ਬਸ ਆਹ ਕੇਬਲਾਂ ਲਾਉਣੀਆਂ, ਆਰਸੀ ਕੇਬਲ ਲਾ ਕੇ ਫਿਰ ਇੱਕ ਵਾਰੀ ਆਊਟਪੁੱਟ ਚੈੱਕ ਕਰਦੇ ਹਾਂ, ਫਿਰ ਤੁਹਾਨੂੰ ਦਿਖਾਉਣਾ ਇਹਦੀ ਆਊਟਪੁੱਟ ਕੀ ਆਉਂਦੀ ਹੈ। ਹਾਂਜੀ ਮਿੱਤਰੋ, ਆਪਾਂ ਆ ਗਏ ਸੀ ਬਾਹਰ, ਕਰ ਲਿਆ ਟੈਂਪਰੇਲੀ ਫਿੱਟ ਜਿੱਦਾਂ ਤੁਹਾਨੂੰ ਦਿਖਾਇਆ ਸੀਗਾ, ਹੋ ਗਈ ਸੈਟਿੰਗ ਸਾਰੀ, ਇਹ 'ਚ ਹਲਕੀ ਜਿਹੀ ਹਮਿੰਗ ਦੀ ਆਵਾਜ਼ ਆ ਉਹਨੂੰ ਸੈੱਟ ਕਰਾਂਗੇ ਆਪਾਂ, ਆਰਸੀ ਕੇਬਲ ਵਗੈਰਾ ਸੈੱਟ ਕਰਕੇ, ਅਤੇ ਉਹ ਬਾਅਦ ਦੇ ਕੰਮ, ਪਰ ਤੁਹਾਨੂੰ ਆਊਟਪੁੱਟ ਚੈੱਕ ਕਰਾ ਦੇਣਾ ਕਿਉਂਕਿ ਫਿਰ ਹੋ ਜਾਣਾ ਹਨੇਰਾ, ਅਤੇ ਆਪਾਂ ਨੂੰ ਵੀ ਜਲਦੀ ਆ ਕੰਮ, ਹੋਰ ਵੀ ਬਹੁਤ ਨੇ। ਮੈਂ ਕਿਹਾ ਪਹਿਲਾਂ ਇੱਕ ਵਾਰੀ ਆਊਟਪੁੱਟ ਚੈੱਕ ਕਰਾ ਦਈਏ, ਤੁਹਾਨੂੰ ਆਊਟਪੁੱਟ ਦਿਖਾਉਂਦੇ ਆ। ਹਾਂਜੀ ਬਾਬਿਓ, ਤੁਸੀਂ ਆਊਟਪੁੱਟ ਸੁਣ ਲਈ ਹੈ, ਅਤੇ ਕਿਵੇਂ ਦੀ ਲੱਗੀ ਜਿਹੜਾ ਸੈਟਅਪ ਹੈ, ਕਿਵੇਂ ਦਾ ਲੱਗਿਆ ਆਊਟਪੁੱਟ, ਕਿਵੇਂ ਦੀ ਲੱਗੀ ਜ਼ਰੂਰ ਦੱਸਿਓ ਕਮੈਂਟ ਕਰਕੇ। ਬਾਕੀ ਵੀਰ, ਮੈਂ ਜਿਹੜਾ ਸਾਊਂਡ ਵਾਲਾ ਮਤਲਬ ਜਿੰਨੇ ਵੀ ਪੰਜਾਬੀ ਗਾਣੇ ਆ ਉਹ ਜਿਹੜੇ ਆ ਮੇਰੇ ਇੰਸਟਾਗ੍ਰਾਮ 'ਤੇ ਤੁਹਾਨੂੰ ਸੁਣਨ ਨੂੰ ਮਿਲਣਗੇ, ਜੋ ਕਿ GC ਆਡੀਓ ਹੈ। ਤੁਸੀਂ ਮੇਰੀ ਮੇਨ ID ਜਾ ਸਕਦੇ ਹੋ, ਉੱਪਰ ਸ਼ੋ ਹੋ ਰਹੀ ਆ, ਉਸ ਤੋਂ ਬਾਅਦ ਤੁਹਾਨੂੰ GC ਆਡੀਓ ਦਾ ਲਿੰਕ ਮਿਲ ਜਾਏਗਾ ਅੱਗੇ, ਅਤੇ ਤੁਸੀਂ ਉਹ ਫੋਲੋ ਕਰ ਸਕਦੇ ਹੋ ਜਾਂ ਮੈਨੂੰ DM ਕਰ ਲਿਓ, ਮੈਂ ਤੁਹਾਨੂੰ ਲਿੰਕ ਦੇ ਦਾਂਗਾ। ਪੰਜਾਬੀ ਗਾਣੇ ਸਾਰੇ ਮੈਂ ਉੱਥੇ ਹੀ ਪੋਸਟ ਕਰਾਂਗਾ। ਇੱਥੇ ਜਿਹੜੀ ਆਊਟਪੁੱਟ ਮੈਂ ਦਿਖਾਈ ਆ ਤੁਹਾਨੂੰ, ਸਿੰਗਲ ਸਬਵੂਫਰ ਦੇ ਹਿਸਾਬ ਨਾਲ ਜੋ ਆਊਟਪੁੱਟ ਨਿਕਲੀ ਹੈ, ਇਹਦਾ ਜੈਨੂਅਨ ਜੋ ਰਿਵਿਊ ਆ ਉਹ ਤੁਹਾਨੂੰ ਮੈਂ ਦੇ ਦਿੱਤਾ ਹੈ। ਹੁਣ ਫੀਡਬੈਕ ਤੁਹਾਡੇ ਹੱਥ 'ਚ ਹੈ, ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕਿਵੇਂ ਦਾ ਲੱਗਿਆ, ਅਤੇ ਅਗਰ ਕਿਸੇ ਦੀ ਕੋਈ ਇਨਫੋਰਮੇਸ਼ਨ ਲੈਣੀ ਹੋਵੇ, ਕੋਈ ਚੀਜ਼ ਦੀ, ਕਿਸੇ ਕੁਛ ਵੀ ਪੁੱਛਣਾ ਹੋ, ਤਾਂ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਜਾਂ DM ਕਰ ਸਕਦੇ ਹੋ ਇੰਸਟਾਗ੍ਰਾਮ 'ਤੇ। ਸੋ ਜੀ, ਇਹ ਸੈਟਅਪ ਤੁਹਾਨੂੰ ਮੈਂ ਦਿਖਾਤਾ ਆ। ਬਾਕੀ ਜਿਹੜੀ ਮੇਨ ਗੱਲ ਆ, ਤੁਹਾਨੂੰ ਮੈਂ ਦੱਸਾਂਗਾ ਵੀ ਕਿਵੇਂ ਕਿਵੇਂ ਅਸੈਂਬਲ ਕਰਨਾ ਆ, ਜਿਹਦੇ ਨਾਲ ਤੁਸੀਂ ਆਪਣੇ ਘਰੇ ਖੁਦ ਕਰ ਸਕਦੇ ਹੋ। ਸੋ ਬਾਈ, ਪਹਿਲਾਂ ਇਹ ਪੇਟੀ ਬਣਵਾ ਲੈਣੀ ਆ, ਠੀਕ ਹੈ, 2 ਸਪੀਕਰ ਅਤੇ ਆਹ ਸਬਵੂਫਰ ਹੈ, ਠੀਕ ਹੈ।
ਇਹਨਾਂ ਦੇ ਜਿਹੜੇ ਪਿੱਛੇ ਕਨੈਕਸ਼ਨ ਆ ਉਹ ਸ਼ੋਲਡਰ ਕਰ ਲੈਣੇ ਆ, ਜਿੱਦਾਂ ਆਪਾਂ ਕਾਵੀਆ ਨਾਲ ਟੰਕੇ ਲਾਉਂਦੇ ਹਾਂ ਸ਼ੋਲਡਰਿੰਗ ਉਹਨੂੰ ਕਹਿੰਦੇ ਆ, ਅਤੇ ਉਹ ਕਰ ਲੈਣੇ ਆ ਤੁਸੀਂ। ਉਸ ਤੋਂ ਬਾਅਦ ਜੀ ਅਸੀਂ ਇੱਧਰ ਵਾਲੇ ਸਪੀਕਰ ਦਾ ਔਰ ਇੱਧਰ ਵਾਲੇ ਸਪੀਕਰ ਦਾ ਸੈਂਟਰ 'ਚ ਲਿਆਏ ਕਨੈਕਸ਼ਨ ਕੱਢ ਕੇ ਇਹਦੇ ਨਾਲ, ਠੀਕ ਹੈ ਜੀ। ਆਹ ਕਨੈਕਸ਼ਨ ਕੱਢੇ ਹੋਏ ਆ, ਇਹ 'ਚ ਅਸੀਂ ਉਹ ਭਰ ਦੇਣੀ ਆ ਬਾਅਦ 'ਚ ਸਿਲੀਕਨ ਭਰ ਦੇਣੀ ਆ ਬੰਦ ਕਰਨ ਵਾਸਤੇ ਨੂੰ, ਠੀਕ ਹੈ ਜੀ। 4 ਚੈਨਲ ਦੇ ਉੱਪਰ 2 ਸਪੀਕਰ ਅਤੇ 1 ਸਬਵੂਫਰ ਬੜੇ ਆਰਾਮ ਨਾਲ ਚੱਲ ਜਾਂਦਾ ਆ। ਇਹ ਚੱਲਦਾ ਕਿਵੇਂ ਆ ਜੀ, ਆਹ ਦੇਖੋ, 1 ਚੈਨਲ ਨੂੰ 2 ਚੈਨਲਾਂ ਨੂੰ ਅਸੀਂ ਬ੍ਰਿਜ ਕਰਕੇ ਦੋ ਚੈਨਲਾਂ ਨੂੰ ਅਸੀਂ ਬ੍ਰਿਜ ਕਰਕੇ ਸਬਵੂਫਰ ਚਲਾਇਆ ਜੀ, ਇਕੱਲੇ ਇਕੱਲੇ ਚੈਨਲ 'ਤੇ 1-1 ਸਪੀਕਰ ਚਲਾ ਦਿੱਤਾ, ਠੀਕ ਹੈ ਜੀ। ਸੋ ਜੀ ਸਟੀਰੀਓ ਵੀ ਸਟੀਰੀਓ ਦੀ ਜਿਹੜੀ ਆ ਉਹ ਵੀ ਨੋਰਮਲ ਵਾਇਰਿੰਗ ਹੁੰਦੀ ਆ, ਤੁਹਾਨੂੰ ਦਿਖੀ ਰਹੀ ਆ, ਰੈੱਡ ਅਤੇ ਬਲੈਕ ਵਾਇਰ ਲਾਉਣੀ ਆ, ਆਹ ਇਗਨੀਸ਼ਨ ਦੀ ਵਾਇਰ ਹੋ ਗਈ ਤੁਹਾਡੀ ਜਿਹਦੇ ਨਾਲ ਮੈਮਰੀ ਬਣਦੀ ਹੈ ਇਹਨਾਂ ਦੀ, ਠੀਕ ਹੈ। ਅਤੇ ਆਹ ਜਿਹੜੀ ਆ ਇਹ ਵੀ ਲਿਖਿਆ ਹੀ ਹੁੰਦਾ ਜੀ ਪਲੱਸ ਮਾਈਨਸ ਦਾ, ਇਹਦੀ ਵਾਇਰਿੰਗ ਤਾਂ ਬਹੁਤ ਆਸਾਨ ਹੈ ਜੀ, ਤੁਸੀਂ ਆਰਾਮ ਨਾਲ ਦੇਖ ਸਕਦੇ ਹੋ। ਬਾਕੀ ਇਵੇਂ ਕਰਨਾ ਜੀ, ਇਹ ਘਰੇ ਚਲਾਉਣ ਦਾ ਜਿਹੜਾ ਸੈਟਅਪ ਆ, ਕਈ ਵੀਰ ਇਹ ਵੀ ਪੁੱਛਣੇ ਘਰੇ ਕਿਵੇਂ ਚਲਾਇਆ ਸੀ ਵੀਰ, ਆਹ ਸਪਲਾਈ ਮਿਲਦੀ ਆ, ਇਹ ਹੈ ਜੀ 12 ਵੋਲਟ ਅਤੇ 60 ਐਂਪੀਅਰ ਦੀ ਸਪਲਾਈ ਹੈ, ਠੀਕ ਹੈ। ਇਹ ਲੈ ਸਕਦੇ ਹੋ, ਘਰੇ ਬੜੇ ਆਰਾਮ ਨਾਲ ਚਲਾ ਜਾਂਦੀ ਹੈ, ਕੋਈ ਤੁਹਾਨੂੰ ਬੈਟਰੀ ਬੂਟਰੀ ਦੀ ਲੋੜ ਨਹੀਂ ਪੈਂਦੀ ਇਹਦੇ ਵਾਸਤੇ। ਸੋ ਜੀ ਇਹ ਸੀ ਅੱਜ ਦੀ ਵੀਡੀਓ, ਹੋਪ ਕਰਦਾ ਤੁਹਾਨੂੰ ਸਾਰਾ ਕੁਝ ਸਮਝ ਆ ਗਿਆ ਹੋਏਗਾ। ਜੇ ਫਿਰ ਵੀ ਕੋਈ ਚੀਜ਼ ਰਹਿੰਦੀ ਹੈ ਤਾਂ ਕਮੈਂਟ ਕਰ ਦਿਓ, ਨਹੀਂ ਫਿਰ ਮੈਨੂੰ ਇੰਸਟਾਗ੍ਰਾਮ 'ਤੇ DM ਕਰ ਲਿਓ। ਸੋ ਮਿਲਦੇ ਹਾਂ ਜੀ ਫਿਰ ਨੈਕਸਟ ਵੀਡੀਓ 'ਚ।